ਸਤਿ ਸ਼੍ਰੀ ਅਕਾਲ, ਮੈਂ ਹੂੰ ਮਹਿਮਾ ਚੌਧਰੀ। ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਘਰ ਦੀ ਗਰੀਬੀ ਇਨਸਾਨ ਨੂੰ ਹਰ ਕੰਮ ਕਰਨ ਲਈ ਮਜਬੂਰ ਕਰ ਦਿੰਦੀ ਹੈ। ਲੋਕਾਂ ਵੱਲੋਂ ਚਾਹੇ ਉਸਦਾ ਮਜ਼ਾਕ ਬਣਾਇਆ ਜਾਵੇ ਜਾਂ ਫਿਰ ਉਸਨੂੰ ਗਲਤ ਸਮਝਿਆ ਜਾਵੇ, ਇਸਦੀ ਉਸਨੂੰ ਕੋਈ ਪਰਵਾਹ ਨਹੀਂ ਹੁੰਦੀ। ਅਜਿਹੀ ਹੀ ਪਰਵਾਹ ਨਾ ਕਰਨ ਵਾਲੀ ਮਹਿਲਾ ਲੋਕਾਂ ਲਈ ਮਿਸਾਲ ਬਣੀ ਹੈ। ਮਰਦਾਂ ਵਰਗੀ ਦਿੱਖ ਤੇ ਮਰਦਾਂ ਵਾਂਗ ਹੌਸਲਾ ਰੱਖਣ ਵਾਲੀ ਭੋਲੀ ਦੇ ਚਾਰੇ ਪਾਸੇ ਚਰਚੇ ਨੇ। ਤੁਸੀਂ ਸੋਚਦੇ ਹੋ ਕਿ ਇਸ ਔਰਤ ਦੇ ਆਖਿਰ ਚਾਰੇ ਪਾਸੇ ਚਰਚੇ ਕਿਉਂ ਹੋ ਰਹੇ ਨੇ? ਇਸ ਔਰਤ ਦੀ ਮਰਦ ਵਰਗੀ ਦਲੇਰੀ ਦੇਖ ਤੁਸੀਂ ਵੀ ਇਸ ਭੋਲੀ ਦੇ ਫੈਨ ਹੋ ਜਾਵੋਗੇ। ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਇਹ ਔਰਤ ਭੋਲੀ ਦੇ ਪਿਤਾ ਅਤੇ ਭਰਾ ਦੀ ਮੌਤ ਹੋਣ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਭੋਲੀ ਦੇ ਮੋਢਿਆਂ ਤੇ ਆ ਡਿੱਗੀ। ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ। ਜਦੋਂ ਘਰ ਵਿੱਚ ਖਾਣ ਪੀਣ ਦੇ ਲਾਲੇ ਪੈ ਗਏ ਤਾਂ ਭੋਲੀ ਨੇ ਮਜਬੂਰਨ 14 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਟਾਂਗਾ ਚਲਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਕਈ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ, ਪਰ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਉਹ ਆਪਣੇ ਪਰਿਵਾਰ ਦਾ ਸਹਾਰਾ ਬਣੀ। 18 ਸਾਲ ਦੀ ਉਮਰ ਵਿੱਚ ਭੋਲੀ ਦਾ ਵਿਆਹ ਹੋ ਗਿਆ ਅਤੇ ਉਸਦੇ ਘਰ 2 ਬੱਚਿਆਂ ਨੇ ਜਨਮ ਲਿਆ, ਪਰ ਪਤੀ ਨਸ਼ੇੜੀ ਹੋਣ ਕਾਰਨ ਭੋਲੀ ਨੇ ਉਸਨੂੰ ਛੱਡ ਦਿੱਤਾ ਅਤੇ ਟਾਂਗਾ ਚਲਾ ਕੇ ਆਪਣੇ ਦੋਨੇ ਬੱਚਿਆਂ ਨੂੰ ਪੜ੍ਹਾਇਆ ਅਤੇ ਧੀ ਦਾ ਵਿਆਹ ਕੀਤਾ। ਉਸਦਾ ਪੁੱਤਰ BCA ਦੀ ਪੜ੍ਹਾਈ ਕਰ ਰਿਹਾ। ਭੋਲੀ ਦੇ ਕੋਲ ਹੁਣ ਆਪਣੀਆਂ ਖੁਦ ਦੀਆਂ 3 ਗੱਡੀਆਂ ਨੇ ਤੇ ਉਹ ਅੱਜ ਵੀ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਹੀ ਹੈ। ਉਹ ਆਪਣੀ ਜ਼ਿੰਦਗੀ ਵਿੱਚ ਕਾਫੀ ਖੁਸ਼ ਹੈ ਅਤੇ ਲੋਕਾਂ ਲਈ ਮਿਸਾਲ ਬਣੀ ਹੋਈ ਹੈ। ਜਰਾ ਤੁਸੀਂ ਵੀ ਸੁਣੋ ਭੋਲੀ ਦਾ ਕੀ ਕਹਿਣਾ। 48 ਸਾਲ ਮੇਰੀ ਉਮਰ ਆ। ਇਹ ਆਟਾ ਚਲਾਉਣ ਦਾ ਕੰਮ ਮੈਂ ਇਸ ਤਰ੍ਹਾਂ ਸ਼ੁਰੂ ਕੀਤਾ ਵੀ ਮੇਰੇ 2 ਭਰਾ ਸੀ, 5 ਹੀ ਭੈਣਾਂ ਸੀ, 1 ਮੇਰੀ ਭਤੀ ਸੀ। ਭਰਾ ਮੇਰੇ ਦੋਨੇ 6-6 ਮਹੀਨੇ ਦਾ, ਸਾਲ ਦਾ ਗੈਪ ਆ, ਉਹ ਪੂਰੇ ਹੋ ਗਏ। ਪਾਪਾ ਜੀ ਮੇਰੇ ਰਹਿ ਗਏ। ਪਾਪਾ ਜੀ ਉਹ ਤੋਂ ਸਾਲ ਬਾਅਦ ਫਿਰ ਪਾਪਾ ਜੀ ਪੂਰੇ ਹੋ ਗਏ। 14-15-16 ਸਾਲ ਦੇ ਵਿੱਚ ਮੈਂ ਟਾਂਗਾ, 16-14 ਸਾਲ ਦੇ ਵਿੱਚ ਮੈਂ ਸ਼ੁਰੂ ਕੀਤਾ। ਮੇਰੇ ਘਰ ਕਮਾਉਣ ਵਾਲਾ ਕੋਈ ਨਹੀਂ, ਕੋਈ ਸਾਧਨ ਨਹੀਂ ਸਾਡੇ ਘਰ 'ਤੇ। ਕੋਈ ਸਾਡੇ ਘਰ ਕੋਈ 10 ਰੁਪਏ ਜਿਹੜਾ ਬਾਹਰੋਂ ਕਮਾ ਕੇ ਲਿਆਏਗਾ। ਅਸੀਂ ਬਹੁਤ ਮੈਂ ਅਸੀਂ ਟੁੱਟ ਗਏ ਸੀ। ਸ਼ਾਮਾਂ ਨੂੰ ਅਸੀਂ ਬੈਠੇ ਹੁੰਦੇ ਅਤੇ ਕਹਿੰਦੇ ਹੁੰਦੇ ਵੀ ਪਤਾ ਨਹੀਂ ਸਾਡੇ ਘਰ ਕੌਣ ਆਏਗਾ ਕਮਾਏਗਾ। ਮੈਂ ਇੱਕ ਦਿਨ ਪੱਠੇ ਲੈਣ ਚਲ ਗਈ ਟਾਂਗਾ, ਜੋ ਕਿ ਬਾਹਰ ਹੜਤਾਲਾਂ ਸੀ। ਉੱਥੇ ਮੈਂ ਗਈ ਹਾਂ ਅਤੇ ਸਵਾਰੀਆਂ ਮੈਨੂੰ ਜੋੜੇ ਦੀਆਂ ਮਿਲ ਗਈਆਂ ਨੇ। ਮੈਂ 2-3 ਗੇੜੇ ਅਪ ਡਾਊਨ ਕੱਢਿਆ ਅਤੇ ਮੈਂ ਘਰ ਗਈ ਹਾਂ ਅਤੇ ਮੇਰੀ ਮਾਂ ਨੇ ਮੇਰੇ ਚਪੇੜ ਮਾਰੀ ਬੜੇ ਜ਼ੋਰ ਨਾਲ। ਮੇਰੀ ਮਾਂ ਕਹਿਣ ਲੱਗੀ ਵੀ ਤੂੰ ਇੰਨੇ ਪੈਸੇ ਕਿੱਥੋਂ ਲੈ ਕੇ ਆਈ ਹਾਂ। ਮੈਂ ਫਿਰ ਆਪਣੀ ਮਾਂ ਨੂੰ ਦੱਸਿਆ ਵੀ ਬਾਹਰ ਹੜਤਾਲ ਸੀ, ਇਸ ਕਰਕੇ ਮੈਂ ਸਵੇਰ ਦਾ ਕੰਮ ਕਰਨ ਲਈ ਅਤੇ ਮੈਂ ਤਾਂ ਲਿਆਂਦੇ। ਮੈਂ ਉੱਥੋਂ ਰੱਖ ਕੇ ਆਪਣੇ ਜੀਵਨ ਦੇ ਵਿੱਚ ਇੰਨਾ ਕੰਮ ਕੀਤਾ ਵੀ ਮੈਂ ਆਪਣੀ ਮਾਂ ਨੂੰ ਕਦੀ ਕਿਸੇ ਗੱਲੋਂ ਨਹੀਂ ਰਹਿੰਦਾ। ਮੇਰੀ ਇੱਕ ਭਤੀ ਸੀ, ਮੇਰੀ ਭੈਣ ਸੀ, ਉਹਨਾਂ ਨੂੰ ਮੈਂ ਆਪਣੇ ਹੱਥੀਂ ਸ਼ਾਦੀ ਕੀਤੀ। ਉਹਨਾਂ ਦੀ ਮੈਂ ਆਪਣਾ ਵਿਆਹ ਕਰਾਇਆ। ਪਹਿਲੇ ਟਾਂਗਾ ਮੇਰੇ ਪਾਪਾ ਹੀ ਚਲਾਉਂਦੇ ਸੀ, ਮੇਰੇ ਵੀਰ ਜੀ ਚਲਾਉਂਦੇ ਸੀ। ਦੋਨਾਂ ਕੋਲ 2 ਟਾਂਗੇ ਹੁੰਦੇ ਸੀ। ਛੋਟਾ ਵੀਰ ਜੀ ਮੇਰਾ ਮੱਝਾਂ ਰੱਖੀਆਂ ਹੁੰਦੀਆਂ, ਪੱਠੇ ਪੁੱਠੇ ਪਾਉਂਦੇ ਹੁੰਦੇ ਸੀ। ਉਹਨਾਂ ਦੀ ਡੈਥ ਹੋਣ ਤੋਂ ਬਾਅਦ ਮੈਂ ਇਹ ਕੰਮ ਨੂੰ ਚੁੱਕਿਆ, ਕਿਉਂਕਿ ਮੇਰੇ ਘਰ ਕਮਾਉਣ ਵਾਲਾ ਕੋਈ ਨਹੀਂ। ਜੋ ਮੈਂ ਟਾਂਗਾ ਚਲਾਇਆ, ਮੈਂ ਇੱਕ ਸਰਦਾਰ ਸੀ ਮੇਰੇ ਪਿੰਡ ਦਾ, ਉਹਨੇ ਮੈਨੂੰ ਪੁੱਛਿਆ ਵੀ ਕੁੜੀਆ ਵੀ ਜੇ ਤੂੰ ਬਾਹਰ ਨਿਕਲ ਆਈ ਤਾਂ ਪਿੱਛੇ ਭੌਂਕੇ ਨਹੀਂ ਵੇਖਣਾ। ਮੈਂ ਪਿੱਛੇ ਭੌਂਕੇ ਨਹੀਂ ਵੇਖਿਆ, ਬੜੇ ਸਾਹਮਣੇ ਹੋਏ, ਬੜਾ ਕੁਛ ਲੋਕਾਂ ਨੇ ਬੋਲਿਆ, ਮਖੌਲ ਵੀ ਕਰਨੇ, ਸ਼ਰਾਬੀ ਬੰਦੇ ਨੇ ਠੱਠੇ ਵੀ ਕਰਨੇ, ਪਰ ਮੈਂ ਕਦੀ ਇਸ ਗੱਲ ਨੂੰ ਲਿਆ ਨਹੀਂ। ਮੈਂ ਕਹਿੰਦੀ ਨਹੀਂ ਵੀ ਇਹਨੇ ਆਪਣੇ ਮੂੰਹ ਨਾਲ ਬੋਲ ਕੇ ਆਪੇ ਚੁੱਪ ਕਰ ਜਾਣਾ। ਉੱਥੇ ਹੀ ਭੋਲੀ ਦੇ ਮੁਹੱਲੇ ਵਾਲੇ ਨੇ ਦੱਸਿਆ ਕਿ ਮੁਹੱਲੇ ਦੇ ਸਭ ਲੋਕ ਭੋਲੀ ਦੀ ਬਹੁਤ ਇੱਜ਼ਤ ਕਰਦੇ ਨੇ। ਮੁਹੱਲੇ ਦੇ ਪ੍ਰਧਾਨ ਅਨਿਲ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਛੋਟੇ ਸਨ ਤਾਂ ਭੋਲੀ ਨੂੰ ਟਾਂਗਾ ਚਲਾਉਂਦੇ ਵੇਖਦੇ ਸਨ, ਪਰ ਉਸ ਸਮੇਂ ਉਹਨਾਂ ਨੂੰ ਕਾਫੀ ਅਜੀਬ ਲੱਗਦਾ ਸੀ ਅਤੇ ਮੁਹੱਲੇ ਦੇ ਕਈ ਲੋਕ ਉਸ ਦਾ ਮਜ਼ਾਕ ਵੀ ਉਡਾਉਂਦੇ ਸਨ, ਪਰ ਭੋਲੀ ਨੇ ਕਦੇ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ। ਜਿਸ ਟਾਈਮ ਟਾਂਗਾ ਚਲਾਉਂਦੇ ਉਸ ਟਾਈਮ ਤਾਂ ਜ਼ਿਆਦਾ ਹੀ, ਹੁਣ ਤਾਂ ਚਲੋ ਸਾਰੇ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਗਿਆ ਵੀ
ਕਈਆਂ ਤੇ ਆਪਣੇ ਤੇ ਵੀ ਪੈ ਜਾਂਦੀ ਮੁਸੀਬਤ। ਸੰਘਰਸ਼ ਤੇ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ, 25-30 ਸਾਲਾਂ ਤੋਂ ਵੱਧ ਹੀ ਹੋ ਚੱਲੇ ਸੰਘਰਸ਼ ਕਰਦੇ। ਹੁੰਦੇ ਸਮੇਂ 'ਚ ਤਾਂ ਪੂਰਾ ਸਾਨੂੰ ਫਕਰ ਹੁੰਦਾ ਵੀ ਇਹ ਜਨਾਨੀ ਇਸ ਟਾਈਮ ਇੱਕ ਕਾਮਯਾਬ ਆਪਣੇ ਆਪ ਨੂੰ ਕੀਤਾ ਉਹਨਾਂ ਨੇ ਆਪਣਾ। ਇਹੋ ਹੀ ਬੇਨਤੀ ਹੈ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਆ ਉਹਨਾਂ ਇਹਨਾਂ ਲੇਡੀਜ਼ ਵੱਲ ਦੇਖ ਕੇ, ਸਗੋਂ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਆਪ 'ਚ ਵੀ ਜੋਸ਼ ਨਸ਼ੇ ਵਾਲੇ ਪਾਸੇ ਉਹ ਧਿਆਨ ਚੁੱਕ ਲੈਣ ਅਤੇ ਇੱਦਾਂ ਮਿਹਨਤ ਕਰਨ ਅਤੇ ਜਿਹੜੇ ਇਹੋ ਜਿਹੇ ਹੋਰ ਭੈਣਾਂ ਹੈਗੀਆਂ ਵਾ ਉਹਨਾਂ ਦਾ ਸਾਥ ਦੇ ਨਾਲ ਥੋੜ੍ਹਾ ਕਿ ਮਾਣ ਕਰੀਦਾ ਵਾ ਵੀ ਵਧੀਆ ਜ਼ਿੰਦਗੀ ਹੈ ਜੀ ਉਹਨਾਂ ਦਾ। ਭੋਲੀ ਨਾਮ ਦੀ ਇਹ ਔਰਤ ਉਹਨਾਂ ਲੋਕਾਂ ਲਈ ਮਿਸਾਲ ਬਣੀ ਹੈ ਜੋ ਘਰ ਦੀ ਗਰੀਬੀ ਤੋਂ ਤੰਗ ਹੋ ਕੇ ਆਤਮ ਹੱਤਿਆ ਕਰਨ ਦਾ ਰਾਹ ਚੁਣਦੇ ਨੇ। ਸੋ ਲੋੜ ਆ ਸਾਨੂੰ ਭੋਲੀ ਵਾਂਗ ਅਣਥੱਕ ਮਿਹਨਤ ਕਰਨ ਦੀ, ਜਿਸ ਨੇ ਆਪਣੀ ਗਰੀਬੀ ਤੇ ਦੁੱਖਾਂ ਨੂੰ ਸਹਾਰ ਕੇ ਇੱਕ ਵੱਖਰਾ ਨਾਮ ਕਮਾਇਆ ਤੇ ਅੱਜ ਉਹ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਿਤਾ ਰਹੀ ਹੈ। ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।